ਰਾਜਪੁਰਾ ਪੁਲਿਸ ਨੇ ਇੱਕ ਵਿਅਕਤੀ ਨੂੰ 2 ਕਿਲੋ ਅਫੀਮ ਸਮੇਤ ਕਾਬੂ ਕੀਤਾ। ਪੁਲਿਸ ਨੇ ਦੋਸ਼ੀ ਨੂੰ PRTC ਦੀ ਬੱਸ ਵਿੱਚੋਂ ਗ੍ਰਿਫਤਾਰ ਕੀਤਾ। DSP ਰਾਜਪੁਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ ਨਾਕਾਬੰਦੀ ਦੌਰਾਨ ਚੰਡੀਗੜ੍ਹ ਵੱਲ ਤੋਂ ਆਉਂਦੀ ਇੱਕ PRTC ਬੱਸ ਦੀ ਚੈਕਿੰਗ ਕੀਤੀ ਤਾਂ ਇੱਕ ਵਿਅਕਤੀ ਕੋਲੋਂ ਕਾਲੇ ਰੰਗ ਦਾ ਬੈਗ ਲਿਫਾਫਾ ਸ਼ੱਕੀ ਹਾਲਤ ਵਿੱਚ ਮਿਲਣ 'ਤੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਲਿਫਾਫੇ ਵਿੱਚੋਂ 2 ਕਿਲੋ ਅਫੀਮ ਬਰਾਮਦ ਕੀਤੀ। ਦੋਸ਼ੀ ਦੀ ਪਹਿਚਾਣ ਕਾਲਾ ਪੁੱਤਰ ਅਮਰ ਸਿੰਘ ਦੇ ਤੌਰ 'ਤੇ ਹੋਈ। ਪੁਲਿਸ ਨੇ ਦੋਸ਼ੀ ਵਿਰੁੱਧ NDPC ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮਾਣਯੋਗ ਇਲੈਕਸ਼ਨ ਕਮਿਸ਼ਨ ਸਾਹਿਬ ਦੀਆਂ ਅਤੇ SSP ਸਾਹਿਬ ਦੀਆਂ ਹਦਾਇਤਾਂ ਮੁਤਾਬਕ ਇੱਥੇ ਨਾਕਾਬੰਦੀ ਕੀਤੀ ਜਾ ਰਹੀ ਹੈ 24 ਘੰਟੇ। ਕੱਲ੍ਹ ਦੁਪਹਿਰੇ SHO ਭੁਪਿੰਦਰ ਸਿੰਘ ਸਿਟੀ ਰਾਜਪੁਰਾ ਵੱਲੋਂ ਨਾਕਾਬੰਦੀ ਕੀਤੀ ਗਈ ਸੀਗੀ ਅਤੇ ਉਹਦੇ 'ਚ ਜਦੋਂ PRTC ਬੱਸ ਦੀ ਇੱਕ ਚੈਕਿੰਗ ਕੀਤੀ ਗਈ ਉਹਦੇ 'ਚ ਇੱਕ ਵਿਅਕਤੀ ਜਿਹਦਾ ਨਾਮ ਅਮਰ ਸਿੰਘ ਕਾਲਾ ਸਨ ਆਫ ਅਮਰ ਸਿੰਘ ਮਲੌਦ ਦਾ ਰਹਿਣ ਵਾਲਾ ਹੈ ਖੰਨੇ ਦਾ, ਉਹਦੀ ਜੋ ਚੈਕਿੰਗ ਕੀਤੀ ਗਈ ਅਤੇ ਉਹਦੇ ਕੋਲੋਂ 2 ਕਿਲੋ ਫੀਮ ਬਰਾਮਦ ਹੋਈ। ਮੁੱਢਲੀ ਪੁੱਛਗਿੱਛ 'ਚ ਇਹ ਆਇਆ ਵੀ ਉਹ UP ਸਾਈਡ ਤੋਂ ਲੈ ਕੇ ਆਇਆ ਸੀਗਾ ਤਾਂ ਅੱਗੇ ਸੇਲ ਕਰਨੀ ਸੀ ਉਹਨੇ। ਬਾਕੀ ਉੱਤੇ ਪਹਿਲਾਂ ਹੀ 3 ਪਰਚੇ ਦਰਜ ਨੇ, NDPC ਸੈਕਟਰ ਦੀ ਪਰਚੇ ਦਰਜ ਨੇ 3, ਅਤੇ ਇਸ ਵੇਲੇ ਉਹ ਲੁਧਿਆਣਾ ਜੇਲ੍ਹ ਤੋਂ ਪੈਰੋਲ 'ਤੇ ਆਇਆ ਹੋਇਆ ਸੀਗਾ। ਪੈਰੋਲ 'ਤੇ ਆ ਕੇ ਉਹ ਦੁਬਾਰਾ ਫੀਮ ਵੇਚਣ ਦਾ ਕੰਮ ਕਰ ਰਿਹਾ ਸੀਗਾ ਅਤੇ ਬਾਕੀ ਹਲੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ। ਰਿਮਾਂਡ ਲੈ ਕੇ ਜੋ ਵੀ ਕੜੀ ਜੁੜੂਗੀ ਉਹਦੇ ਬਾਰੇ ਤੁਹਾਨੂੰ ਸੂਚਿਤ ਕੀਤਾ ਜਾਊਗਾ। ਰਾਜਪੁਰਾ ਤੋਂ ਜਗਤਾਰ ਸਿੰਘ ਪੰਨੂ ਦੀ ਰਿਪੋਰਟ।